ਹੈਲੋ ਜੀ, ਸਤਿ ਸ਼੍ਰੀ ਅਕਾਲ। ਇੰਦਰ ਕਲੈਕਸ਼ਨ 'ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੇ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਅੱਜ ਦੀ ਕਲੈਕਸ਼ਨ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਹਾਂ ਜੀ ਪਿਓਰ ਕੋਟਨ ਦੇ ਸੂਟ, ਜਿਹੜੇ ਕਿ ਦੁਪੱਟੇ ਦੇ ਨਾਲ ਨੇ ਜੀ। ਪਿਛਲੇ ਸਾਲ ਵੀ ਆਪਾਂ ਨੇ ਬਹੁਤ ਜ਼ਿਆਦਾ ਸੇਲ ਕੀਤੇ ਸੀ ਜੀ ਇਹ ਸੂਟ। ਇਹ ਤੁਸੀਂ ਦੇਖ ਸਕਦੇ ਹੋ, ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈਗਾ ਜੀ। ਇਹਦੀ ਸ਼ਰਟ ਹੈਗੀ ਹੈ ਜੀ, ਦੈਨ ਇਹਦੀ ਜਿਹੜੀ ਹੈਗੀ ਆ ਬੋਟਮ ਹੈ ਜੀ, ਠੀਕ ਹੈ ਜੀ। ਇਹਦੇ ਵਿੱਚ ਇਹ ਦੁਪੱਟਾ ਹੈਗਾ ਜੀ, ਅਤੇ ਜਿਹੜਾ ਆਪਣੇ ਸ਼ਰਟ ਦੇ ਵਿੱਚ ਇਹ ਵਾਲਾ ਬਾਰਡਰ ਹੈਗਾ ਸ਼ਰਟ ਦੇ ਨਾਲ ਦਾ ਜੀ, ਅਤੇ ਲਾਈਨਿੰਗ ਜਿਹੜੀ ਹੈਗੀ ਹੈ ਜੀ ਉਹ ਸਲਵਾਰ ਦੀ ਹੈਗੀ ਹੈ, ਅਤੇ ਇਸ ਇੱਦਾਂ ਦਾ ਇਹ ਸੂਟ ਜਿਹੜਾ ਹੈਗਾ ਬਣਿਆ ਹੋਇਆ ਜੀ। ਇਹ ਕੋਰੀਅਰ ਸਮੇਤ ਅਸੀਂ ਤੁਹਾਨੂੰ 1100 ਦਾ ਦੇਵਾਂਗੇ ਜੀ। ਅਤੇ ਇਹਦੇ ਵਿੱਚ ਕਲਰਸ ਕਾਫੀ ਹੈਗੇ ਨੇ, ਕਲਰਸ ਵੀ ਬਹੁਤ ਸੋਹਣੇ ਨੇ ਜੀ। ਤੁਸੀਂ ਦੇਖੋ ਇਹ ਕਲਰ ਵੀ ਬਹੁਤ ਸੋਹਣਾ ਮਾਊਸ ਕਲਰ ਹੈ ਜੀ, ਅਤੇ ਕਲਰ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ। ਇਹ ਹੈ ਜੀ, ਦੇਖੋ ਤੁਸੀਂ ਇਹ ਕਲਰ ਦੇਖੋ। ਤੁਸੀਂ ਕਿਤੇ ਵੀ ਜਾਣਾ ਹੁੰਦਾ, ਤੁਹਾਨੂੰ ਕੋਟਨ ਦੇ ਸੂਟਸ ਤਾਂ ਚਾਹੀਦੇ ਹੁੰਦੇ ਆ ਜੀ। ਇਹ ਸੀ ਜੀ, ਇਹ ਵੀ ਬਹੁਤ ਪਿਆਰਾ ਹੈਗਾ ਜੀ। ਅਤੇ ਇਹਦੇ ਨਾਲ ਦੁਪੱਟਾ ਵੀ ਦੇਖੋ ਜੀ, ਬਹੁਤ ਹੀ ਸੋਹਣਾ ਬਣਿਆ ਹੋਇਆ। ਜਿਵੇਂ ਕਿ ਦੁਪੱਟੇ ਦੇ ਵਿੱਚ ਸਾਰੇ ਐਵੇਂ ਹੈਗਾ ਜੀ, ਸ਼ਰਟ ਦਾ ਪ੍ਰਿੰਟ ਵੀ ਹੈ ਅਤੇ ਲਾਈਨਿੰਗਸ ਵੀ ਹੈਗੀਆਂ ਨੇ ਜੀ। ਇਹ ਵੀ 1100 ਦਾ ਜੀ। ਇਹ ਅਸੀਂ ਕੋਰੀਅਰ ਇੰਕਲੂਡ ਕਰਤਾ ਜੀ, ਕਿਉਂਕਿ ਕੋਰੀਅਰ ਦੇ ਐਕਸਟਰਾ ਜਿਹੜੇ ਹੁੰਦੇ ਹੈਗੇ ਆ, ਅਤੇ ਆਪਾਂ ਇਹਦੇ ਨਾਲ ਹੀ ਤੁਹਾਨੂੰ ਕੋਰੀਅਰ ਦੇ ਦੱਸ ਦਿੱਤੇ ਹੋਏ ਨੇ ਜੀ। ਅਤੇ ਇੱਕ ਆਪਣੇ ਕੋਲ ਹੈਗਾ ਜੀ ਇਹ ਵਾਲਾ, ਦੇਖੋ ਕਲਰ ਸਾਰੇ ਇੱਕ ਦੂਜੇ ਤੋਂ ਸੋਹਣੇ ਨੇ ਜੀ। ਇੱਕ ਇਹ ਕਲਰ ਹੈਗਾ ਜੀ, ਇਹਦੇ ਨਾਲ ਜਿਹੜੀ ਇਹਦੀ ਬੋਟਮ ਹੈਗੀ ਆ ਇਹ ਵਾਲੀ ਹੈ ਜੀ, ਠੀਕ ਹੈ ਜੀ। ਅਤੇ ਇਹਦੇ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈਗਾ। ਇਹ ਬਾਰਡਰ ਹੈ ਜੀ ਦੁਪੱਟੇ ਦੇ ਵਿੱਚ, ਅਤੇ ਆਹ ਤੁਸੀਂ ਦੇਖੋ ਜੀ ਸ਼ਰਟ ਦੁਪੱਟੇ ਨਾਲ ਦਾ, ਸ਼ਰਟ ਨਾਲ ਦਾ ਅਤੇ ਸਲਵਾਰ ਨਾਲ ਦਾ ਸੇਮ ਪੈਟਰਨ ਆ ਗਿਆ ਜੀ। ਇਹ ਸਲਵਾਰ ਦਾ ਪੈਟਰਨ ਹੈ ਜੀ, ਅਤੇ ਇੱਧਰ ਆਪਣਾ ਦੁਪੱਟੇ ਦਾ ਆ ਗਿਆ ਜੀ। ਇਹ ਵੀ ਬਹੁਤ ਪਿਆਰਾ ਹੈਗਾ ਜੀ। ਰੇਂਜ ਇਹਦੀ ਵੀ 1100 ਰੁਪਏ ਹੀ ਹੈ ਜੀ। ਇਹ ਸੂਟ ਪਹਿਲਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਪਾਇਆ ਸੀ ਜੀ, ਉਹ ਇੱਕ ਭੈਣ ਨੂੰ ਡਿਜ਼ਾਇਨ ਕੀਤਾ, ਬਹੁਤ ਸੋਹਣਾ ਲੱਗਿਆ ਸੀ ਜੀ। ਜੇ ਉਹ ਸਾਡੀ ਵੀਡੀਓ ਦੇਖਦੇ ਨੇ ਤਾਂ ਹੁਣ ਉਹ ਲੈ ਸਕਦੇ ਨੇ ਇਹ ਵਾਲਾ ਸੂਟ ਜੀ। ਇਹ ਦੇਖੋ ਜੀ, ਬਹੁਤ ਹੀ ਪਿਆਰਾ ਕਲਰ ਹੈਗਾ। ਇਹਦੇ ਨਾਲ ਇਹ ਲਾਈਨਿੰਗ ਵਾਲੀ ਬੋਟਮ ਹੈ, ਅਤੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਹੈਗਾ ਜੀ। ਦੁਪੱਟਾ ਜਿਹੜਾ ਹੈਗਾ ਜੀ, ਦੇਖੋ ਪਿਓਰ ਮਲਮਲ ਕੋਟਨ ਜਿਹੜੀ ਹੁੰਦੀ ਆ ਉਹਦਾ ਦੁਪੱਟਾ ਹੈਗਾ, ਬੜੀ ਸੋਹਣਾ। ਇਹ ਤੁਸੀਂ ਦੇਖੋ ਜੀ, ਇਹਦਾ ਦੁਪੱਟਾ ਹੈ, ਅਤੇ ਇਹ ਆ ਗਿਆ ਆਪਣਾ ਸਲਵਾਰ ਅਤੇ ਨਾਲ ਦਾ ਇਹ ਪੈਟਰਨ ਹੈ ਜੀ। ਇਹ ਹੋ ਗਿਆ ਜੀ। ਅਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ ਥੋੜ੍ਹੀ ਲੰਬੀ ਜਾਊਗੀ। ਇਹਦੇ ਵਿੱਚ 11-12 ਸੂਟ ਹੈਗੇ ਨੇ ਆਪਣੇ ਕੋਲ। ਅਤੇ ਇੱਕ ਇਹ ਦੇਖੋ ਜੀ ਤੁਸੀਂ, ਇਹ ਹੈਗੀ ਆ ਸ਼ਰਟ, ਦੇਖੋ ਜੀ ਇਹ ਸ਼ਰਟ ਹੈ ਜੀ, ਅਤੇ ਇਹਦੀ ਜਿਹੜੀ ਬੋਟਮ ਹੈਗੀ ਆ ਇਹ ਵਾਲੀ ਹੈ ਜੀ, ਇਹਦੀ ਬੋਟਮ ਹੈ। ਬਹੁਤ ਹੀ ਜੈਗ ਲਹਿਰੀਆ ਟਾਈਪ ਬਣਿਆ ਹੋਇਆ ਜੀ, ਅਤੇ ਦੁਪੱਟਾ ਇਹਦਾ ਵੀ ਬਹੁਤ ਸੋਹਣਾ ਹੈਗਾ। ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟ ਹੈਗਾ, ਬਹੁਤ ਹੀ ਸੋਹਣਾ ਬਣਿਆ ਹੋਇਆ ਜੀ। ਇਹਦੀ ਵੀ ਰੇਂਜ ਜਿਹੜੀ ਹੈਗੀ ਆ 1100 ਰੁਪਈਏ ਹੀ ਹੈ ਜੀ। ਆਹ ਵਾਲਾ ਕਲਰ ਜਿਹੜਾ ਹੈਗਾ ਜੀ, ਬਹੁਤ ਜ਼ਿਆਦਾ ਜਾਣੀ ਕਿ ਅਸੀਂ ਨੇ ਇਹ ਸੇਲ ਆਊਟ ਕੀਤਾ, ਬਹੁਤ ਹੀ ਜ਼ਿਆਦਾ ਜੀ। ਮੈਨੂੰ ਲੱਗਦਾ ਘੱਟੋ ਘੱਟ ਇਹਦੇ ਨਾਲ ਦੇ ਅਸੀਂ 10-15 ਪੀਸ ਤਾਂ ਹਰ ਸੀਜ਼ਨ 'ਚ ਦੇ ਹੀ ਦਿੰਦੇ ਹਾਂ ਜੀ। ਦੇਖੋ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਜੀ ਇਹਦਾ,
ਦੇਖੋ ਇਹ ਵਾਲਾ ਦੁਪੱਟਾ ਜੀ, ਅਤੇ ਇਹਦੀ ਸਲਵਾਰ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੋਈ, ਇਹਦੀ ਸਲਵਾਰ ਹੈ ਜੀ। ਤੁਸੀਂ ਕਿਸੇ ਨੋਰਮਲ ਜਿਵੇਂ ਰੇਂਜ 'ਚ ਵੀ ਆ ਜਾਂਦੇ ਨੇ, ਥੋੜ੍ਹਾ ਇਹਨੂੰ ਡਿਜ਼ਾਇਨਿੰਗ ਕਰੋ ਜੀ। ਇਹੀ ਸੂਟ ਜਿਹੜਾ ਹੈਗਾ ਆਪਾਂ ਤੁਹਾਨੂੰ 2000 ਦੇ ਵਿੱਚ ਸਾਰਾ ਸੂਟ ਸਟਿੱਚ ਕਰਕੇ ਦੇਵਾਂਗੇ ਡਿਜ਼ਾਇਨਿੰਗ ਦੇ ਸਮੇਤ ਜੀ। ਬਾਕੀ ਤੁਸੀਂ ਇੱਦਾਂ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ, ਤੁਸੀਂ ਸਟਿੱਚ ਖੁਦ ਵੀ ਕਰਵਾ ਸਕਦੇ ਹੋ ਜੀ, ਸਾਨੂੰ ਕੋਈ ਮਾਇੰਡ ਨਹੀਂ ਜੀ। ਇੱਕ ਬਾਹਰੋਂ ਕਸਟਮਰ ਸੀਗੇ ਜੀ, ਸਾਨੂੰ ਉਹਨਾਂ ਦੀ ਕਾਲ ਆਈ ਸੀ ਭੈਣ, ਉਹਨਾਂ ਨੂੰ ਮੇਰੀ ਸਾਰਿਆਂ ਨੂੰ ਹੀ ਇਹੀ ਰਿਕੁਐਸਟ ਹੈਗੀ ਆ ਕਿ ਅਗਰ ਤੁਸੀਂ ਆਪਣਾ ਮਟੀਰੀਅਲ ਦੇ ਕੇ ਵੀ ਸਾਡੇ ਤੋਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਕਰਾਂਗੇ ਜੀ। ਇਹ ਨਹੀਂ ਅਸੀਂ ਕਹਾਂਗੇ ਕਿ ਸਾਡੇ ਤੋਂ ਹੀ ਮਟੀਰੀਅਲ ਲਓ ਜੀ, ਅਗਰ ਤੁਹਾਡੇ ਕੋਲ ਮਟੀਰੀਅਲ ਹੈਗਾ ਤਾਂ ਤੁਸੀਂ ਆਪਣੀ ਚੋਇਸ ਦਾ ਕੰਮ ਸਾਡੇ ਤੋਂ ਕਰਵਾ ਸਕਦੇ ਹੋ ਜੀ। ਐਨੀ ਡਿਜ਼ਾਇਨ ਭੇਜ ਕੇ, ਕੋਈ ਇੰਸਟਾ ਦਾ ਹੈਗਾ ਜੀ, ਇਹ ਦੇਖੋ ਜੀ ਬਹੁਤ ਹੀ ਸੋਹਣਾ ਕਲਰ ਹੈਗਾ, ਇਹ ਜਾਮਣੀ ਜਿਹਾ ਕਲਰ ਹੈਗਾ, ਅਤੇ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਹੈ, ਇਹਦੇ ਪੱਲਿਆਂ 'ਤੇ ਆ ਗਿਆ ਜੀ, ਇਹਦੇ ਪੱਲੇ ਬਣੇ ਹੋਏ ਨੇ, ਬਹੁਤ ਹੀ ਸੋਹਣਾ ਜੀ। ਰੇਂਜ ਇਹਦੀ ਵੀ 1100 ਰੁਪਈਏ ਹੈ ਜੀ। ਫਿਰ ਆਪਣੇ ਕੋਲ ਇੱਕ ਇਹ ਸੂਟ ਆ ਗਿਆ ਜੀ, ਇਹ ਵੀ ਬਹੁਤ ਪਿਆਰਾ ਹੈ ਜੀ। ਸੂਟ ਸਾਰੇ ਇੱਕ ਦੂਜੇ ਤੋਂ ਸੋਹਣੇ ਹੈਗੇ ਆ ਜੀ, ਪਿਓਰ ਕਾਟਨ ਹੈ। ਇਹਨੂੰ ਥੋੜ੍ਹਾ ਜਿਹਾ ਤੁਸੀਂ ਪਾਣੀ ਦੇ ਵਿੱਚ ਡਿਪ ਕਰਕੇ ਰੱਖੋ, ਸਟਿੱਚ ਕਰਾ ਲਓ ਜੀ, ਬਹੁਤ ਸੋਹਣੇ ਲੱਗਦੇ ਨੇ ਜੀ ਕਾਟਨ ਦੇ ਸੂਟ ਪਾਏ ਹੋਏ। ਤਲੀਆਂ ਵਾਲੇ ਬਣਾ ਲਓ ਕੁੜਤੇ ਜੀ ਤੁਸੀਂ, ਨਾ ਇਹਨਾਂ ਨੂੰ ਲਾਈਨਿੰਗ ਦੀ ਜ਼ਰੂਰਤ ਹੈਗੀ ਆ, ਬਹੁਤ ਹੀ ਵਧੀਆ ਸੂਟ ਬਣਦੇ ਆ ਜੀ ਇਹ। ਅਤੇ ਆਪਣੇ ਕੋਲ ਇੱਕ ਇਹ ਵਾਲਾ ਪਿੰਕ ਜੀ, ਇਹ ਵੀ ਬਹੁਤ ਜ਼ਿਆਦਾ ਡਿਮਾਂਡ ਸੀਗਾ ਪਹਿਲਾਂ, ਇਹ ਦੇਖੋ ਜੀ ਇਹਦੇ ਨਾਲ ਨਿੱਕੀ ਬੂਟੀ ਦੀ ਜਿਹੜੀ ਹੈਗੀ ਆ ਬੋਟਮ ਹੈ ਜੀ, ਅਤੇ ਇਹਦੀ ਸ਼ਰਟ ਆ ਗਈ ਜੀ, ਇਹ ਤੁਸੀਂ ਦੇਖੋ ਇਹਦਾ ਦੁਪੱਟਾ ਜੀ, ਵਿੱਚ ਨਿੱਕੀ ਬੂਟੀ ਦੇ ਲਾਈਨਸ ਬਣੀਆਂ ਹੋਈਆਂ ਨੇ ਦੁਪੱਟੇ ਦੇ, ਅਤੇ ਇਹਦਾ ਬਾਰਡਰ ਹੈ ਜੀ, ਬਹੁਤ ਹੀ ਸੋਹਣਾ ਹੈ ਵੀ ਜੀ। ਅਤੇ ਕਿਉਂਕਿ ਕਲਰ ਬਹੁਤ ਸੋਹਣੇ ਹੈ ਜੀ, ਮਿੱਠੇ ਜਿਹੇ ਰੰਗ ਨੇ ਸਾਰੇ, ਕੋਈ ਵੀ ਕਲਰ ਇੱਦਾਂ ਦਾ ਨਹੀਂ ਹੈਗਾ ਜਿਹੜਾ ਕਿ ਨਾ ਆਪਾਂ ਨੂੰ ਗਰਮੀਆਂ 'ਚ ਕੋਈ ਮਤਲਬ ਦਿਲ ਕਾਲਾ ਪੈਂਦਾ ਹੋਵੇ, ਕਿਉਂਕਿ ਡਾਰਕ ਨਹੀਂ ਹੈਗੇ ਜੀ। ਹੁਣ ਇੱਕ ਇਹ ਕਲਰ ਦੇਖੋ, ਇਹ ਵੀ ਬਹੁਤ ਪਿਆਰਾ ਹੈਗਾ ਜੀ, ਇਹਦਾ ਰੰਗ ਦੇਖੋ ਤੁਸੀਂ ਕਿੰਨਾ ਕਲਰ ਕੰਟਰਾਸਟ ਕਿੰਨਾ ਸੋਹਣਾ ਹੈਗਾ ਜੀ, ਇਹ ਦੇਖੋ ਜੀ ਤੁਸੀਂ। ਇਹ ਇਹਦੀ ਸ਼ਰਟ, ਅਤੇ ਇਹ ਇਹਦੀ ਬੋਟਮ, ਅਤੇ ਦੁਪੱਟਾ ਇਹਦਾ ਬਹੁਤ ਹੀ ਸੋਹਣਾ, ਤੁਸੀਂ ਦੇਖੋ ਦੁਪੱਟਾ ਜਿਹੜਾ ਹੈਗਾ ਇਹਦਾ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਜੀ, ਬੋਕਸਿਸ ਬਣੇ ਹੋਏ ਆ, ਸਲਵਾਰ ਦਾ ਪੈਟਰਨ ਵੀ ਹੈਗਾ ਵਿੱਚ ਜੀ ਡਿਜ਼ਾਇਨ, ਅਤੇ ਸ਼ਰਟ ਦਾ ਵੀ ਹੈਗਾ ਜੀ, ਬਹੁਤ ਹੀ ਪਿਆਰਾ ਸੋਹਣਾ ਸੂਟ ਬਣਿਆ ਹੋਇਆ ਜਿਹਦੀ ਰੇਂਜ ਕਿ 1100 ਰੁਪਈਏ ਹੈਗੀ ਹੈ ਜੀ। ਇਹਦੇ ਵਿੱਚ ਕੋਰੀਅਰ ਚਾਰਜਸ ਤੁਹਾਡੇ ਨਾਲ ਨੇ ਜੀ, ਤੁਸੀਂ ਬੁਕਿੰਗ ਜਦੋਂ ਵੀ ਕਰਾਉਂਦੇ ਹੋ ਜੀ ਪੇਮੈਂਟ ਤੁਸੀਂ ਪਾਓਗੇ ਤਾਂ ਤੁਹਾਡਾ ਸੂਟ ਬੁੱਕ ਹੋਏਗਾ, ਹੋਲਡ 'ਤੇ ਅਸੀਂ ਕਿਸੇ ਦਾ ਸੂਟ ਹੋਲਡ ਨਹੀਂ ਕਰਾਂਗੇ। ਜੇ ਪੇਮੈਂਟ ਦਾ ਸਕਰੀਨਸ਼ੋਟ ਭੇਜੋਗੇ ਤਾਂ ਅਸੀਂ ਨਾਲ ਦੀ ਨਾਲ ਤੁਹਾਡਾ ਸੂਟ ਜਿਹੜਾ ਹੈਗਾ ਪੈਕਿੰਗ ਕਰ ਦਾਂਗੇ ਜੀ। ਅਤੇ ਹੁਣ ਆਪਣੇ ਕੋਲ ਇਹ ਬੋਟਮ ਸੀਗੀਆਂ, ਆਪਾਂ ਨੇ ਪਹਿਲਾਂ ਵੀ ਸੇਲ ਕੀਤੀਆਂ ਸੀ, ਪਹਿਲਾਂ ਜਿਹੜੀਆਂ ਸੀਗੀਆਂ ਥੋੜ੍ਹੀਆਂ ਕੋਸਟਲੀ ਸੀਗੀਆਂ ਜੀ, ਅਤੇ ਹੁਣ ਇਹ ਵਾਲੀ ਜਿਹੜੀ ਹੈਗੀ ਆਪਾਂ ਨੂੰ ਠੀਕ ਰੇਂਜ 'ਚ ਪਈਆਂ ਨੇ ਜੀ। ਇਹ ਆਪਾਂ ਜਿਹੜੀਆਂ ਸਲਵਾਰਾਂ ਨੇ ਜੀ 800-800 ਰੁਪਏ 'ਚ ਦੇਵਾਂਗੇ ਤੁਹਾਨੂੰ, ਬਹੁਤ ਹੀ ਸੋਹਣੀ ਸਲਵਾਰ ਹੈਗੀ ਆ। ਦੇਖੋ ਕੋਈ ਵੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ, ਖੁਦ ਮੈਂ ਵੇਅਰ ਕੀਤੀਆਂ ਨੇ ਜੀ ਇਹ ਸਲਵਾਰਾਂ, ਦੇਖੋ ਤੁਸੀਂ ਬਹੁਤ ਜ਼ਿਆਦਾ ਮਿਹਨਤ ਨਾਲ ਬਣਾਈਆਂ ਹੋਈਆਂ ਨੇ ਵੀ, ਇਹ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ 800 ਰੁਪਏ ਦੇ ਵਿੱਚ। ਇਹ ਵੀ ਬਹੁਤ ਪਿਆਰੀਆਂ ਨੇ ਜੀ। ਹਾਂਜੀ ਇਹ ਸੀ ਜੀ ਮੇਰੀ ਅੱਜ ਦੀ ਕਲੈਕਸ਼ਨ, ਜਿਸ ਦੇ ਵਿੱਚ ਮੈਂ ਤੁਹਾਨੂੰ ਸਾਰੇ ਸੂਟ ਸਿਖਾਏ ਆ ਕੋਟਨ ਦੇ ਜੀ। ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਈ ਹੋਏਗੀ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਿੱਦਾਂ ਦੀ ਕਲੈਕਸ਼ਨ ਲੱਗੀ। ਸਤਿ ਸ਼੍ਰੀ ਅਕਾਲ ਜੀ।